आकाशवाणी जम्मू संजा खबरें चुंद स्वागत पहले मुख मुख खबरें करने मैं पूनम डुगरा संयुक्त राष्ट्र ने भारत चीन बार तनोतनी खत्म करने का आह्वान किया तय राष्ट्रपति द्रौपदी मुर्मू ਨੇ ਕਿਹਾ ਜਿ ਜਲਵਾਯੂ ਪਰिवर्तन ਤੇ ਕੁਲ ਸੰਸਾਰੀ ਸਤਾ ਪਰ ਤਾਪਮਾਨ ਚੁ ਬਾਦੇ ਜਨਈ ਸਮਸਿਆਆਂ ਕਨੇ ਨਿਬੜਨੇ ਚ ਉर्जा ਸੰਗਰਖਣ ਮਹੱਤਵ ਵਾਲੀ ਭੂਮਿਕਾ ਨਿਭਾਗ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਜੰਮੂ ਸੰਭਾਗ ਦੇ ਦੂਰ ਦਰੇਡੇ ਇਲਾਕਿਆਂ ਚ ਰੋਣੇ ਵਾਲੇ ਲੋਕਾਂ ਦੀ ਸਹੂਲਤ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਹੈ ਪੁਲਸ ਮਹਾਂ ਨਿਰਦੇਸ਼ਕ ਦਿਲਬਖ ਸਿੰਘ ਨੇ ਕਿਹਾ ਜਿ ਸੁਰੱਖਿਆ ਬਲ ਤੇ ਸੁਰੱਖਿਆ ਏਜੰਸੀਆਂ ਪਾਕਿਸਤਾਨ ਦੀ ਅਰ ਕਿਸਮ ਦੀ ਅਰਕਤ ਦਾ ਕਰਾਰਾ ਜਵਾਬ ਦੇਣ ਲਈ ਮੇਂ ਸ਼ਾਂਤ ਤਿਆਰਨ ਕਾਬਿਨੇ ਦੀ ਤਫਸੀਲ ਕਰਨੇ ਵਿਜੇ ਪਜਾਜ ਸੰਯੁਕਤ ਰਾਸ਼ਟਰ ਦੇ ਮਹਸਚਿਵ ਐਂਟੋਨੀਓ ਗੁਟਰੇਸ ਨੇ ਭਾਰਤ ਤੇ ਚੀਨ ਵਿਚਕਾਰ ਤਣਾਅ ਤਨੀ ਖਤਮ ਕਰਨ ਦਾ ਆਹਵਾਨ ਕੀਤਾ ਹੈ ਸੰਯੁਕਤ ਰਾਸ਼ਟਰ ਮਹਸਚਿਵਨ ਦੇ ਪ੍ਰਵਕਤਾ ਸਟੀਫਨ ਦੁਜੇਰੀ ਕੋਰਿੰਕ ਸੰਬੱਧਤਾਤਾ ਸੰਮੇਲਨ ਦੌਰਾਨ ਇਸ ਮੁੱਦੇ ਪਰ ਪੁੱਛੇ ਗਏ ਸਵਾਲਾਂ ਦੇ ਪਰਤੇ ਚ ਇਹ ਟਿੱਪਣੀ ਕੀਤੀ ਜੰਤੇ ਸ਼ੁੱਕਰਵਾਰੇ ਅਰੁਣਾਚਲ ਪ੍ਰਦੇਸ਼ ਦੇ ਤਵਾੰਗ ਇਲਾਕੇ ਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਕਾਰ ਜੜਫ ਚ ਦੋਵੰਨੇ ਧਰਨ ਦੇ ਕਈ ਸੈਨਿਕ ਮਾਮੂਲੀ ਰੂਪ ਕਰਨੇ ਜ਼ਖਮੀ ਹੋਏ ਹੈ ਤੁਆਹੀਂ ਅਮਰੀਕਾ ਨੇ ਆਖਿਆ ਜੇ ਭਾਰਤ ਤੇ ਚੀਨ ਵਿਚਕਾਰ ਅਸਲ ਕਬਜ਼ਾ ਰੇਖਾ ਪਰਵਾ ਕਰਦੀ ਕਟਨਾਇਆਂ ਉਪਰ ਉਹ ਨਿਯਮਿਤਤਾ ਕ ਰਖੀਦੀ ਹੈ ਅਮਰੀਕਾ ਨੇ ਇਹ ਵੀ ਆਖਿਆ ਜੇ ਚੀਨ ਲਗਾਤਾਰ ਅਸਲ ਕਬਜ਼ਾ ਰੇਖਾ ਕਾਸ਼ਪਾਰੀ ਗਿੰਤਰੀ ਚ ਸੈਨਿਕਾਂ ਦੀ ਤਣਾਤੀ ਦੇ ਕੰਨੋ ਕੰਨੀ ਫੌਜੀ ਟਾਂਚੇ ਵੀ ਕਾਇਮ ਕਰਾ ਕਰਦਾ ਹੈ ਅਮਰੀਕਾ ਨੇ ਆਖਿਆ ਜੇ ਤਣਾਤਨੀ ਕੱਟ ਕਰਨੇ ਲਈ ਭਾਰਤ ਦੇ ਯਤਨਾਂ ਦਾ ਉਹ ਪੂਰੀ ਚਾਲੀ ਸਮਰਥਨ ਕਰਦਾ ਹੈ ਸੰਸਦ ਚ ਕਾਂਗਰਸ ਸਨੇ ਉਰਨੇ ਦੂਵੇ ਵਿਰੋਧੀ ਦਲ ਦੇ ਸਦਸੇ ਅੱਜ ਅਰੁਣਾਚਲ ਪ੍ਰਦੇਸ਼ ਦੇ ਤਵਾੰਗ ਸੈਕਟਰ ਚ ਭਾਰਤ ਤੇ ਚੀਨ ਦੇ ਸੈਨਿਕ ਮਿਸ਼ਕਾਰ ਪਿਛਲੇ ਦਿਨੇ ਹੋਈ ਦੀ ਚੜਫ ਦੇ ਮੁੱਦੇ ਕੀ ਪਰਤੀਏ ਚੁਕਿਆ ਤੇ ਇਹਦੇ ਉਪਰ ਚਰਚਾ ਕਰਾਣੇ ਦੀ ਮੰਗ ਕੀਤੀ ਦੋਵਨੇ ਸਦਨੇ ਚ ਇਸ ਮੁੱਦੇ ਉਪਰ ਚਰਚਾ ਦੀ ਮਨਜ਼ੂਰੀ ਨਹੀਂ ਤੁਨੇ ਪਰ ਬਕ ਬਕ ਵਿਰੋਧੀ ਪਾਰਟੀਆਂ ਦੇ ਸਦਸੇ ਵਾਕ ਆਊਟ ਕਰੇ ਲਤਾ ਰਾਜ ਸਭਾ ਚ ਵਿਪਖਸ਼ ਦੇ ਨੇਤਾ ਮਲਿਕ ਅਰਜੁਨ ਖਟਗੇ ਹੋਰੇ ਸ਼ੂਨਿ ਕਾਲ ਚ ਚੀਨੀ ਅਤਿਕ੍ਰਮਨ ਦੇ ਮੁੱਦੇ ਉਪਰ ਚਰਚਾ ਕਰਾਣੇ ਦੀ ਮੰਗ ਕੀਤੀ ਉਹਨੇ ਗਲਿਆ ਚ ਉਹਨੇ ਕੱਲ ਵੀ ਇਸ ਮੁੱਦੇ ਉਪਰ ਚਰਚਾ ਲਈ ਨੋਟਿਸ ਦਿੱਤਾ ਉਨੀ ਆਖਿਆ ਜਿਸ ਮੁੱਦਿਆਂ 'ਤੇ ਉਹ تفصیلی چرچا ਕਰਨਾ ਚਾਹੁੰਦੇ ਨੇ ਤੇ ਉੰਦੀ ਕੋਸ਼ਿਸ਼ ਇਹ ਰਹੀ ਹੈ ਜੇ ਸਦਨ ਕੀ ਪੂਰੀ ਜਾਣਕਾਰੀ ਮਿਲੇ ਤੇ ਦੇਸ਼ ਦੇ ਲੋਕਾਂ ਕੀ ਪਤਾ ਲੱਗਿਆ ਜੇ ਉੱਥੋਂ ਦੀ ਅਸਲ ਸਥਿਤੀ ਕੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂਰੇ ਆਖਿਆ ਜੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਤੇ ਕੁਲ ਸੰਸਾਰੀ ਸਤਹ 'ਤੇ ਤਾਪਮਾਨ ਚ ਵਾਧੇ ਜਿਨਹੀਂ ਸਮੱਸਿਆਵਾਂ ਹੀ ਕਰਨ ਨਿਭੜਨੇ 'ਚ ਊਰਜਾ ਸੰਰਖਣ ਮਤਵਯਾਲੀ ਭੂਮਿਕਾ ਨਿਭਾਗ। ਅੱਜ ਨਵੀਂ ਦਿੱਲੀ 'ਚ ਰਾਸ਼ਟਰੀ ਊਰਜਾ ਸੰਰਖਣ ਦਿਵਸ ਸਮਾਰੋਹ 'ਚ ਸੰਬੋਧਿਤ ਕਰਦੀ ਹੋਈ ਰਾਸ਼ਟਰਪਤੀ ਉਰੇ ਆਖਿਆ ਜੇ ਭਾਰਤ ਦਾ ਫੀ ਵਿਅਕਤੀਸਾ ਬੈ ਕਾਰਬਨ ਉਤਸਰਜਨ ਦੁਨੀਆ ਦੇ ਔਸਤਨ ਉਤਸਰਜਨ ਛਾ ਬੜਾ ਘੱਟ ਹੈ ਜਿਹੜਾ ਪਰਿਆਵਰਣ ਦੇ ਸੰਰਖਣ 'ਚ ਭਾਰਤ ਦੇ ਪੱਕੇ ਨਿਸ਼ਚੇ ਦੀ ਦਰਸਾਉਂਦਾ ਹੈ ਰਾਸ਼ਟਰਪਤੀ ਉਰੇ ਕੁਦਰਤ ਤੇ ਵਿਕਾਸ ਵਿਚਕਾਰ ਸੰਤੁਲਨ ਬਣਾਈ ਰੱਖਣ ਦਾ ਆਹਵਾਨ ਵੀ ਕੀਤਾ ਸਮਰੂਪ ਊਰਜਾ ਮੰਤਰੀ ਆਰ ਕੇ ਸਿੰਘ ਉਰਿਆ ਨੇ ਆਖਿਆ ਜੇ ਭਾਰਤ ਕਾਰਬਨ ਉਤਸਰਜਨ ਦਾ ਲਕਸ਼ ਸਮੇਂ ਕੋਲਾ ਪਹਿਲੇ ਹਾਸਲ ਕਰਨ ਦੀ ਬਤਿਆ ਪਰਟੋਰਾ ਕਰਦਾ ਹੈ ਤੇ ਇਹ ਲਗਭਗ 33 ਫੀਸਦੀ ਉਤਸਰਜਨ ਪਿਆਲਿੰਗ ਘੱਟ ਕਰ ਚੁਕੇ ਦਾ ਇਸ ਮੌਕੇ ਪਰ ਰਾਸ਼ਟਰਪਤੀ ਉਨੇ ਰਾਸ਼ਟਰੀ ਊਰਜਾ ਸੰਰਖਣ ਤੇ ਰਾਸ਼ਟਰੀ ਊਰਜਾ ਦਕਸ਼ਤਾ ਨਵਚਾਰ ਦੇ ਜੇਤੂਆਂ ਦੀ ਸਨਮਾਨਿਤ ਕੀਤਾ ਉਨੇ EV ਯਾਤਰਾ ਪੋਰਟਲ ਤੇ ਮੋਬਾਈਲ ਐਪਲੀਕੇਸ਼ਨ ਦੀ ਵੀ ਸ਼ੁਰੂ ਕਰਵਾਇਆ ਇਨੇ ਦੰਨੇ ਬਬਸਥਾਏ ਦਾ ਮਕਸਦ ਦੀ ਸੱਚੀ ਈ-ਮੋਬਿਲਿਟੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਕਿ ਲੋਕ ਖਰੀਮਤੀ ਗਿੰਤਰੀ ਚ ਇਹਦਾ ਇਸਤੇਮਾਲ ਕਰੀ ਸਕਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਸਭ ਨੇ ਸੰਸਦ ਦੇਂਗੀ ਅਪੀਲ ਕੀਤੀ ਹੈ ਜਿਸ ਸਭ ਨੇ ਕੀ ਜੀ-20 ਕਨੇ ਜੁੜੇ ਦੇ ਕਾਰਜਕ੍ਰਮ ਵਿੱਚ ਇਸ ਸਦਾਰੀ ਕਰਨੀ ਲੋੜ ਚਦੀ ਹੈ ਕਿ ਜੇ ਇਹ ਕਾਰਜਕ੍ਰਮ ਮੁਲਖ ਦਾ ਸਰਕਾਰ ਦਾ ਨਹੀਂ ਅੱਜ ਵੱਡਲੇ ਨਵੀਂ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੇ ਸੰਸਦੀય ਦਲ ਦੀ ਬੈਠਕ ਗੀ ਸੰਬੋਧਿਤ ਕਰਦੀ ਹੋਈ ਮੋਦੀ ਉਰਿਆਂ ਆਖਿਆ ਜਿਉ ਜੀ 20 ਕਨੇ ਜੁੜੀ ਦੀਆਂ ਗਤੀਵਿਧੀਆਂ ਚ ਲੋਕਾਂ ਦੀ ਇਸੇਦਾਰੀ ਵਧਾਣੇ ਦੇ ਬਾਰੇ ਚ ਆਪਣੇ ਵਿਚਾਰ ਸਾਂਝੇ ਕਰਨ ਪ੍ਰਧਾਨ ਮੰਤਰੀ ਉਰਿਆਂ ਆਖਿਆ ਜੇ ਜਿੱਥੇ ਕੁਤੇ ਵੀ ਜੀ 20 ਦੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਕਰਦੀਆਂ ਉਥੇ ਸਵੱਛਤਾ ਅਭਿਆਨ ਚ ਨਈ ਪਹਿਲ ਕਦਮੀ ਦੇ ਰਾਂ ਜਨਤਾ ਦੀ ਇਸੇਦਾਰੀ ਯਕੀਨੀ ਬਣਾਈ ਜਾਣੀ ਲੋੜ ਚ ਦੀ ਹੈ ਸੰਸਦੀ ਦਲ ਦੀ ਬੈਠਕ ਦੇ ਬਾਅਦ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਉਰੇ ਮੀਡੀਆ ਕਨੇ ਗੱਲਬਾਤ ਚ ਇਹ ਜਾਣਕਾਰੀ ਦਿੱਤੀ ਬੈਠਕ 'ਚ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਹੋਰੇ ਦੇਸ਼ ਦੀ ਆਰਥਿਕ ਸਥਿਤੀ ਪਰ ਬਿਆਰਾ ਪੇਸ਼ ਕੀਤਾ ਜਿੱਦੇ 'ਚ ਦੱਸਿਆ ਗਿਆ ਕਿ ਭਾਰਤ ਤੇਜ਼ ਰਫ਼ਤਾਰ ਕਰਨੇ ਬੱਧ ਦੀ ਅਰਥ ਵਿਵਸਥਾ ਬਣੀ ਗਿਆ ਹੈ ਦੂਰ ਦਰੇਡੇ ਇਲਾਕਿਆਂ ਦੇ ਬਸਨੀਕਾਂ ਕੀ ਬਿਹਤਰੀਨ ਸਹੂਲਤਾਂ ਉਪਲਬਧ ਕਰਵਾਉਣੇ ਦੇ ਮਕਸਦ ਕਰਨਾ ਹੈ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਜੰਮੂ ਸੰਭਾਗ ਦੇ ਭਲਿਆਂ ਦੂਰ ਦਰੇਡੇ ਇਲਾਕਿਆਂ ਤੱਕ ਹੈਲੀਕਾਪਟਰ ਸੇਵਾ ਸ਼ੁਰੂ ਕੀਤੀਆਂ ਨੇ ਆਕਾਸ਼ਵਾਣੀ ਦੇ ਜੰਮੂ ਸੰਵਾਦਦਾਤਾ ਮੁਜਬ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਹੁੰਦੇ ਦੇ ਦਫ਼ਤਰ ਹੈ ਆਪਣੇ ਅਧਿਕਾਰੀਕ ਟਵਿੱਟਰ ਹੈਂਡਲ ਰਾਹੀਂ ਹੈਲੀਕਾਪਟਰ ਸੇਵਾ ਲਈ ਰਸਤੇ ਤੇ ਇਹਦੇ ਕਿਰਾਏ ਦੇ ਬਿਉਰੇ ਸਾਂਝੇ ਕੀਤੇ ਨੇ ਜੰਮੂ-ਤਮਾ ਡੋਡਾਲੇ ਹੈਲੀਕਾਪਟਰ ਯਾਤਰਾ ਦਾ ਕਰਾਇਆ 8000 ਰੁਪਏ ਜੰਮੂ-ਤਮਾ ਕਿਸ਼ਤਵਾਰ ਲਈ 4000 ਰੁਪਏ ਜੰਮੂ-ਤਮਾ ਜੋਰੀ ਲਈ 2000 ਰੁਪਏ ਤੇ ਜੰਮੂ-ਤਮਾ ਪੁੰਛ ਲਈ 4000 ਰੁਪਏ ਮੁਕਰਰ ਕੀਤਾ ਗਿਆ ਇਸ ਸਾਲ ਹੀ ਕਿਸ਼ਤਵਾਰ-ਤਮਾ ਨਵਾਪਾਚੀ ਲਈ ਹੈਲੀਕਾਪਟਰ ਸੇਵਾ ਦਾ ਕਰਾਇਆ 1500 ਰੁਪਏ ਕਿਸ਼ਤਵਾਰ-ਤਮਾ ਸੌਂਦਰ ਲਈ 1000 ਰੁਪਏ ਤੇ ਕਿਸ਼ਤਵਾਰ-ਤਮਾ ਇਨਸ਼ਾਨ ਤੱਕ ਲਈ ਹੈਲੀਕਾਪਟਰ ਸੇਵਾ ਦਾ ਕਰਾਇਆ 2000 ਰੁਪਏ ਤੈ ਕੀਤਾ ਗਿਆ ਧਿਆਨ ਜੋਗ ਹੈ ਜੇ ਦੂਰ ਦਰਡੇ ਇਲਾਕਿਆਂ ਲਈ ਕੇਂਦਰੀ ਗ੍ਰਹਿ ਮੰਤਰਾਲੇ ਪਾਸਿਆ ਚਲਾਈ ਗਈ ਦੀ ਰਿਆਇਤੀ ਦਰਿਆਂ ਦੀ ਯੋਜਨਾ ਤਹਿਤ ਇਹ ਹੈਲੀਕਾਪਟਰ ਸੇਵਾ ਉਪਲਬਧ ਕਰਵਾਈਆਂ ਜਾ ਕਰਦੀਆਂ ਤੇ ਇਸ ਸੇਵਾ ਦਾ ਲਾਭ ਦੂਰ ਦਰਡੇ ਤੇ ਪਛੇਤਰੇ ਇਲਾਕਿਆਂ ਦੇ ਲੋਕਾਂ ਕੀ ਮਤਾ ਸਲੋਗ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਤੋਂ ਸੁਣਾਰਤੀਓ ਹੁਣ ਬਾਕੀ ਦੀਆਂ ਖਬਰਾਂ ਕਰਨਾ ਪੂਨਮ ਡੋਗਰਾ ਜੰਮੂ ਕਸ਼ਮੀਰ ਪੁਲਸਾ ਦੇ ਡਾਇਰੈਕਟਰ ਜਨਰਲ ਦਿਲਬਖ ਸਿੰਘ ਹੋਰੇ ਆਖਿਆ ਜੇ ਸਮੁਲਚ ਜੰਮੂ ਕਸ਼ਮੀਰ ਚ ਰਮਾਨਦਾਰੀ ਹੈ ਪਰ ਪਾਕਿਸਤਾਨ ਇਸ ਰਮਾਨਦਾਰੀ ਚ ਖਲਲ ਪਾਣਾ ਜਾਂਦਾ ਹੈ ਉਹਨੇ ਆਖਿਆ ਜੇ ਪਾਕਿਸਤਾਨੀ ਅਤੰਗਵਾਦੀ ਬੰਨਾਪਾਰ ਕਰੀਏ ਇਸ ਬਕੀ ਕੁਸਪੈਟ ਦੀ ਕੋਸ਼ਿਸ਼ ਕਰਾ ਕਰ ਦੇਣਾ ਪਰ ਸੁਰੱਖਿਆ ਏਜੰਸੀਆਂ ਸਤਾਰਕਨ ਤੇ ਇਸ ਕਿਸਮ ਦੀਆਂ ਅਰਕਤੰਗੀ ਲਗਾਤਾਰ ناکਾਮ ਬਣਾ ਕਰ ਦਿਆ ਨਾ ਡੀਜੀਪੀ ਔਰ ਪੁਂਚ ਜ਼ਿਲ੍ਹੇ ਦੇ ਲੋਰਨ ਇਲਾਕੇ ਚ ਆਦਰਸ਼ ਪੁਲਸ ਥਾਣੇ ਦਾ ਉਦਘਾਟਨ ਕਰਨੇ ਪ੍ਰਾਂਤ ਮੀਡੀਆ ਕਨੇ ਕਲਪਾਤ ਕਰਾ ਕਰਤੇ ਹੈ ਉਨੇ ਆਖਿਆ ਜੇ ਪਾਕਿਸਤਾਨ ਜੰਮੂ ਕਸ਼ਮੀਰ ਚ ਅਤੰਗਵਾਦ ਦੀ ਅਗ ਭਰਤੀ ਹੈ ਪੜਖਾਣਾ ਚਾਹੁੰਦਾ ਪਰ ਸੁਰੱਖਿਆ ਬਲ ਪੂਰੀ ਚਾਲੀ ਮੁਸਤਾਦ ਨ ਤੇ ਇਸ ਕਿਸਮਾ ਦੀਆਂ ਕੋਸ਼ਿਸ਼ਾਂ ਗੇ ناکਾਮ ਬਣਾ ਕਰ ਦੇਣਾ ਡੀਜੀਪੀ ਉਰੇ ਆਖਿਆ ਜੇ ਜੰਮੂ ਕਸ਼ਮੀਰ ਪੁਲਸ ਪੂਰੇ ਪੇਸ਼ਾਵਰ ਤਰੀਕੇ ਕਨੇ ਕੰਮ ਕਰਾ ਕਰਦੇ ਆ ਜਿਹਦੇ ਚਲਦੇ ਕਸ਼ਮੀਰ ਕਾਟੀ ਚ ਜੰਨੀ ਬੱਟੇ ਮਾਰਨੇ ਸਰਬੰਧੀ ਘਟਨਾਇ ਚ ਖਰੀ ਮਤੀ ਕਮੀ ਦਰਜ ਕੀਤੀ ਗਈ ਹੈ ਉਹਨੇ ਕਿਹਾ ਆ किसी तरह का अवाम को आज की तारीख में हमारी तरफ से कोई तकलीफ ना हो इसको हर तरीके से शोर किया गया है किसी के साथ ज्यादती किस तरह की फोर्सेस या पुलिस की तरफ से ना हो इस चीज़ को इंश्योर किया जा रहा है जहाँ तक के जो हड़तालों का बंदकाल का सिलसिला पत्थरबाजी का सिलसिला स्कूलों को बंद करने का कॉलेजों को बंद करने का सिलसिला पीछे रह चुका है आज नौजवान बच्चे अपना अच्छे से पढ़ाई कर रहे हैं कैरियर अपना बना रहे हैं और इसी तरीके से लोग बिना किसी डर के बिना किसी खौफ के अपना काम कर रहे हैं ਸੁਪਰੀਮ ਕੋਰਟ ਨੇ ਅੱਜ ਆਖਿਆ ਜੇ ਜੰਮੂ ਕਸ਼ਮੀਰ ਕੀ ਵਿਸ਼ੇਸ਼ ਦਰਜਾ ਦੇਣ ਵਾਲੀ ਦਫਾ 370 ਦੇ ਪ੍ਰਾਵਧਾਨੇ ਕੀ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਕੀ ਚੁਣੌਤੀ ਦੇਣ ਵਾਲੀ ਜਾਚਿਕਾਏ ਕੀ ਸੁਣਵਾਈ ਲਈ ਤੋਲੇ ਸੂਚੀਪਤ ਕਰਨੇ ਸਰਬੰਧੀ ਜਾਚਿਕਾ ਉੱਪਰ ਉਹ ਵਿਚਾਰ ਕਰੂਗ ਆਕਾਸ਼ਵਾਨੀ ਦੇ ਜੰਮੂ ਸੰਵਾਦਦਾਤਾ ਦੀ ਰਿਪੋਰਟ ਮੁਜਬ ਪ੍ਰਧਾਨ ਨਿਆਇਦੇਸ਼ ਡੀ ਵਾਈ ਚੰਦਰਚੂੜ ਤੇ ਨਿਆਇਦੇਸ਼ ਪੀ ਐਸ ਨਸੀਮਾਉਂ ਦੀ ਸ਼ਮੂਲੀਅਤ ਵਾਲੀ ਪੀਠ ਨੇ ਆਖਿਆ ਜੇ ਉਸ ਮਾਮਲੇ ਪਰ ਆਈਡੀਆਂ ਜਾਚਿਕਾਏ ਚ ਸੂਚੀਬੱਧ ਕਰਨੇ ਲਈ ਤਰੀਕ ਦੇਣ ਇਹ ਜਿਹਾ ਪਹਿਲੇ ਜੰਦੀ 25 ਅਪ੍ਰੈਲ ਤੇ 23 ਸਤੰਬਰ ਦੀ ਭਾਰਤ ਦੇ ਉਸ ਬੇਲੇ ਦੇ ਪ੍ਰਧਾਨ ਨਿਆਇਦੀਸ਼ ਐਨ ਵੀ ਰਮਨਾਉਨ ਦੀ ਅਗਵਾਈ ਵਾਲੀ ਬੈਂਚ ਨੇ ਦਫਾ 370 ਦੀ ਅਟਾਨੇ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਚੁਣੌਤੀ ਦੇਣ ਵਾਲੀ ਜਾਚਿਕਾਵਾਂ ਪਰ ਸੁਣਵਾਈ ਲਈ ਉਹਨਾਂ ਦੀ ਸੂਚੀਵਤ ਕਰਨੇ ਦੀ ਆਮੀ ਪਰਹੀ ਸਰਵੋੱਚ ਅਦਾਲਤ ਦੀ ਇਨਜਾਚਿਕਾਏ ਪਰਸਨ ਵਾਈ ਲਈ ਪੰਜੇ ਜੱਜਾਂ ਵਾਲੀ ਪੀੜ ਦਾ ਪਰਤੀਏ ਗਠਨ ਕਰਨਾ ਪੋਗ ਕਿ ਜੇ ਚੀਫ ਜਸਟਿਸ ਰਮਨਾਥ ਐਂਡ ਜਸਟਿਸ ਆਰ ਸੁਭਾਸ਼ ਰੈਡੀ ਜਿਹੜੇ ਇਸ ਪੀੜ ਦਾ ਇਸਾ ਹੈ ਉਹ ਰਟਾਇਰ ਹੋਈ ਗਏ ਨੇ ਇਸ ਸਰਬੰਧਾ ਚ ਦਾਇਰ ਕਈ ਸਾਰੀ ਜਾਚਿਕਾਏਂਗੀ ਸੁਣਵਾਈ ਲਈ ਪੰਜੇ ਜੱਜਾਂ ਵਾਲੀ ਪੀੜ ਕੀ ਬਰੇ 2019 ਚ ਰੈਫਰ ਕੀਤਾ ਗਿਆ ਹਾ कांग्रेस ਦੇ ਬ੍ਰਿਸ਼ਟ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਬਿਜੇ ਸਿੰਘ ਹੋਰ ਅੱਜ ਆਪਣੀ ਦੋ ਦਿਨੇ ਦੀ ਯਾਤਰਾ ਪਰ ਜੰਮੂ ਪੁੱਜੇ ਇੱਥੇ ਉਹ ਜੰਮੂ ਕਸ਼ਮੀਰ ਚ ਭਾਰਤ ਜੋੜੋ ਯਾਤਰਾ ਲਈ ਕੀਤੇ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣਨ। ਕਾਂਗਰਸ ਮੁਜਬੂਰ راہੁਲ ਗਾਂਧੀ ਹੁੰਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਦਾ 1 ਜਨਵਰੀ ਦੇ ਤਰੀਕ ਅਪ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਪੁੱਜੀ ਜਾਣੇ ਦੀ ਉਮੀਦ ਹੈ। ਰਾਜ ਸਭਾ ਦੇ ਮੈਂਬਰ ਦਿਗਵਜੈ ਸਿੰਘ ਜਿਹੜੇ ਜੇਰੇ ਯਾਤਰਾ ਲਈ ਕਿਤੇ ਚਾਰ ਦੇ ਪ੍ਰਬੰਧ ਦੇ ਦੀ ਸਮੀਖਿਆ ਵੀ ਕਰਾ ਕਰਦੇ ਨੇ ਅੱਜ ਜੰਮੂ ਅਵਾਈ ਅਡੇ ਪਰ ਪੁੱਜੇ ਤੇ ਹੁੰਦਾ ਸਵਾਗਤ ਕਾਂਗਰਸ ਦੇ ਬਰਿਸ਼ਟ ਲੀਡਰ ਸਾਬਕਾ ਮੰਤਰੀ ਐ ਯੋਗੇਸ਼ ਸਾਨੀ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਵਕਤਾ ਰਵਿੰਦਰ ਸ਼ਰਮਾ ਔਰੇ ਕੀਤਾ ਬੰਨੇ ਵਾਲੇ ਜ਼ਿਲ੍ਹੇ ਰਜੋਰੀ ਦੇ ਇੱਕ ਗਾਂਚ ਸੰਦੇਕਤ ਨਕਲੋ ਅਰਕਤ ਬਾਰੇ ਜਾਣਕਾਰੀਤ ਹੋਣੇ ਮਗਰਾ ਸੁਰੱਖਿਆ ਬਲੇ ਉੱਥੇ ਕੇਰਾਬੰਦੀ ਤੇ ਤਪਾਸ਼ੀ ਅਭਿਆਨ ਚਲਾਇਦਾ ਹੈ ਆਕਾਸ਼ਵਾਨੀ ਦੇ ਜੰਮੂ ਸੰਵਾਤਾਤਾ ਮੁਜਬ ਰੁਜੋਰੀ ਕਸਬੇ ਤੋਂ ਤਮਾਦ 6 ਕਿਲੋਮੀਟਰ ਦੂਰ ਮੁਰਾਦਾਪੁਰ ਗ్రాੰਦੇ ਮੁਕਾਮੇ ਲੋਕੇ ਅੱਜ ਬਦਲੇ ਮੂਨੇ ਰੇ ਤਕਰੀਬਨ 4 ਵਜੇ ਗ੍ਰਾਂਚ ਦੋਂ ਸੰਦੇਕਤ ਲੋਕੇ ਦੀ ਨਕਲੋ ਹਰਕਤ ਟਿੱਖੀ ਜਿਹੜੇ ਮੰਨਿਆ ਜਾ ਕਰਦਾ ਹੈ ਜੇ ਅਤੰਗਵਾਦੀ ਹੈ ਇਸ ਬਾਰੇ ਜਾਣਕਾਰੀ ਥੋਨੇ ਦੇ ਤੁਰਤ ਮਗਰਾ ਪੁਲਸ ਤੇ ਫੌਜ ਨੇ ਗ੍ਰਾਂਦ ਤੇ ਇਹਦੇ ਕਨੇ ਲਗਦੇ ਇਲਾਕੇ ਚ ਸਾਂਝੇ ਤੋਰਾ ਪ੍ਰਤਪਾਸ਼ੀ ਅਭਿਆਨ ਚਲਾਇਆ ਪਰ ਖੀਰੀ ਜਾਣਕਾਰੀ ਥੋਨੇ ਤੱਕਰ ਸੰਦੇਕਤੇ ਦਾ ਕੋਈ ਸੁਰਾਗ ਅਥ ਨਹੀਂ ਲੱਗਾ ਹ ਤੇ ਸੁਰੱਖਿਆ ਬਲੰਦਾ ਅਭਿਆਨ ਜਾਰੀ ਹਾ ਬਾਰਾਮੋਲਾ ਜਿਨੇ ਜ਼ਿਲ੍ਹੇ ਦੇ ਪੱਟਨ ਇਲਾਕੇ 'ਚ ਅੱਜ ਆਈਈਡੀ ਕੀ ਤਬਾਹ ਕਰੀ ਦਿੱਤਾ ਗਿਆ ਸਰਕਾਰੀ ਸੂਤਰੇ ਥਾਂ ਮਿਲੀ ਦੀ ਜਾਣਕਾਰੀ ਮੁਜਬ ਇੱਕ ਸੰਦੇਕਤ ਬੈਗ ਦੇ ਪੱਟਨ ਇਲਾਕੇ ਦੀ ਛੜਕ ਉੱਪਰ ਉਹਨੇ ਦੀ ਜਾਣਕਾਰੀ ਮਿਲਨੇ ਮਗਰਾਂ ਪੁਲਿਸ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਮੋਕੇ ਪਰ ਪੂਜੀਏ ਇਸ ਬੈਗ ਦੀ ਤਬਾਹ ਕਰੀ ਦਿੱਤਾ ਰਾਮਬਨ ਜ਼ਿਲ੍ਹੇ ਦੀ 12ਵੀਂ ਪਾਸ ਬੇਰੋਜ਼ਗਾਰ ਆਪਰੇਨ ਵਾਨੀ ਤੇ ਆ ਸਿੱਖਿਤ ਨਿਲਿਮਾ ਦੇਵੀ ਹੋ ਰਹੇ ਕੇਂਦਰ ਪ੍ਰਾਇੋਜਿਤ ਸਕੀਮ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਉਮੀਦ ਤਾਤ ਕਟ ਵਿਆਜ ਦਰ ਉਪਰ ਲੋਨ ਚੁੱਕੀ ਹੈ ਆਪਣਾ ਰੋਜ਼ਗਾਰ ਖੋਲਿਆ ਹਾ ਇਹਦੇ ਕਰੀ ਹੁੰਦੀ ਜ਼ਿੰਦਗੀ ਚ ਕਈ ਸਕਾਰਾਤਮਕ ਬਦਲਾਅ ਆਏ ਤੇ ਉਹਨ ਨੂੰ ਦਵੇਂ ਆਰਥਿਕ ਤੋਰਾ ਪਰ ਪਹਿਲੇ ਥਮਾ ਬਿਹਤਰ ਜੀਨ ਜੀਆ ਕਰਦੀਆਂ ਨਾ ਇਸ ਬਾਰੇ ਗੱਲ ਕਰਦੇ ਹੋਏ ਉਹਨੇ ਆਖਿਆ पास हूँ और अनएम्प्लॉयड थी मेरी शादी हुई है मेरे साथ और एक पार्टनर है फिर हमने मिल के पार्टनरशिप पे खोली और उम्मीद स्कीम से लोन लिया है लाख रुपए की वजह से अब हमारा घर अच्छी तरह चल रहा है मेरी संगलदान में शादी हो गई है मेरे तरफ से मैंने लोन उठाया उसके बाद मैंने ये दुकान डाली अब तो अच्छा काम चल रहा है लड़कियां भी आती है मेरे पास सीखने के लिए अपने बच्चों को पढ़ाना चाहते हैं खुद अपने पाओ पे खड़े हो गए ਪਰ ਤੇ ਸਨਾਗੀ ਸਿਵਲ ਪ੍ਰਸ਼ਾਸਨ ਤਮਾਮ ਮਦਦ ਮੰਗਨੇ ਵਾਲੇ ਇੱਕ ਫੋਨ ਕਾਲ ਆਇਆ ਜੇਤੇ ਮਗਰਾ ਸੈਨਾ ਨੇ ਮੁਗਲ ਰੋਡ ਉਪਰ ਫਸੇ ਦੇ ਕਿਸਾਤਰੀਆਂ ਦੀ ਫੌਰੀ ਮਦਦ ਕੀਤੀ 5.5 ਸਮਾਂ ਦਾਤਾ ਅਨੁਭਵ ਮਿਸਰੀਓ ਨੇ ਜਾਣਕਾਰੀ ਦਿੱਤੀ ਜੇ ਇੱਕ ਟ੍ਰੈਕ ਦੇ ਰੁਲਕੀ ਡਿੱਗੀ ਪੋਨੇ ਕਰੀ ਸੜਕ ਉਪਰ ਗੱਡੀਆਂ ਦਾ ਜਾਮ ਲੱਗੇਦਾ ਹ ਜਿਹਦੇ ਕਰੀ 15 ਗੱਡੀਆਂ ਚ ਸਵਾਰ ਤਰੀ ਯਾਤਰੀ ਸਿਫਰਤਾ ਮਾ 8 ਲੇਤਾ ਮਾਂਚ ਸੜਕ ਉਪਰ ਫਸੇਦੇ ਰੇ ਇਸ ਬਾਰੇ ਸੂਚਨਾ ਮਿਲਨੇ ਮਗਰਾ ਆਪਾਰਤੀਸਾਨਾ ਨੇ ਫੂਰੀ ਤੋਰ ਪਰ ਕਾਰਵਾਈ ਕਰਦੇ ਹੋਏ ਸੜਕ ਉਪਰ ਯਾਤਿਆਲ ਬਾਲ ਕੀਤਾ ਤੇ ਫਸੇਦੇ ਯਾਤਰੀਆਂ ਕੀ ਬਚਾਈ ਲਤਾ ਸੈਨਾ ਦੇ ਇਸ ਬਚਾਅ ਆਬਿਆਨ ਕਰੀ ਢੰਡੂ ਚ ਫਸੇਦੇ ਯਾਤਰੀਆਂ ਰਾਤ ਮਹਿਸੂਸ ਕੀਤੀ तखीर च मुख, मुख खबरें एक बार है। संयुक्त राष्ट्र ने भारत से चीन बश् की खत्म करने का आह्वान किया राष्ट्रपति द्रौपदी मुर्मू ने गलाया जलवायु परिवर्तन से कुल संसारी सतह पर तापमान चाधे नई समस्याएं निबड़ने ऊर्जा संरक्षण वाली भूमिका निभाग ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਜੰਮੂ ਸੰਵਾਗ ਦੇ ਦੂਰ ਦਰੇਡੇ ਇਲਾਕਿਆਂ ਚ ਰੋਣੇ ਵਾਲੇ ਲੋਕਾਂ ਦੀ ਸਹੂਲਤ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਹੈ ਤੇ ਪੁਲਿਸ ਮਹਾਂ ਨਿਰਦੇਸ਼ਕ ਦਿਲਬਖ ਸਿੰਘ ਨੇ ਕਿਹਾ ਜੇ ਸੁਰੱਖਿਆ ਬਲ ਤੇ ਸੁਰੱਖਿਆ ਏਜੰਸੀਆਂ ਪਾਕਿਸਤਾਨ ਦੀ ਅਰ ਕਿਸਮ ਦੀ ਅਰਕਦਾ ਕਰਾਰਾ ਜਵਾਬ ਦੇਣ ਲਈ ਮੇਸ਼ਾਂ ਤਿਆਰਨ ਇਹ ਦੇ ਕਹਨੇ ਕਿ ਇਸ ਵੇਲੇ ਦਾ ਐਬੋਲੀਟਨਸ ਮਾਪਤੋਆ